ਘੱਲੂਘਾਰਾ ਦਿਵਸ ਤੇ ਸਿੱਖ ਭਾਈਚਾਰੇ ਵੱਲੋਂ ਕੱਢੇ ਜਾ ਰਹੇ ਮਾਰਚ ਅਤੇ ਸ਼ਿਵ ਸੈਨਾ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਮੱਦੇਨਜ਼ਰ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਨੇ। ਦੱਸ ਦੇਈਏ ਕਿ 6 ਜੂਨ 1984 ਨੂੰ ਦਰਬਾਰ ਸਾਹਿਬ 'ਤੇ ਟੈਂਕਾਂ ਨਾਲ ਹਮਲਾ ਕੀਤਾ ਗਿਆ ਸੀ ਅਤੇ ਸਿੱਖ ਆਗੂ ਜਰਨੈਲ ਸਿੰਘ ਭਿੰਡਰਾਂਵਾਲਾ ਸਮੇਤ ਹੋਰ ਕਈ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਸੀ। ਇਸ ਦਿਨ ਸਿੱਖ ਭਾਈਚਾਰੇ ਵੱਲੋਂ ਰੋਸ ਮਾਰਚ ਕੱਢਿਆ ਜਾਂਦਾ ਹੈ ਅਤੇ ਦਰਬਾਰ ਸਾਹਿਬ ਨਤਮਸਤਕ ਹੁੰਦੇ ਨੇ। ਇਸੇ ਦੇ ਚੱਲਦਿਆਂ ਸ਼ਿਵ ਸੈਨਾ ਵੱਲੋਂ ਸਿੱਖਾਂ ਨੂੰ ਇਸ ਦਿਵਸ 'ਤੇ ਧਮਕੀਆਂ ਦਿੱਤੀਆਂ ਜਾਂਦੀਆਂ ਹਨ, ਜਿਸ ਕਾਰਨ ਕਿਸੇ ਵੀ ਅਣਸੁਖਾਵੀ ਘਟਨਾ ਦੇ ਮੱਦੇਨਜ਼ਰ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਨੇ। ਇਸ ਵਾਰ ਕੀਤੇ ਗਏ ਪੁਲਿਸ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪੁਲਿਸ ਕਮਿਸ਼ਨਰ SS ਸ੍ਰੀਵਾਸਤਵ ਪਹੁੰਚੇ ਅਤੇ ਕਿਹਾ ਕਿ ਅੰਮ੍ਰਿਤਸਰ 'ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਨੇ ਅਤੇ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਮਾਹੌਲ ਖਰਾਬ ਨਹੀਂ ਕਰਨ ਦਿੱਤਾ ਜਾਏਗਾ। 6 ਜੂਨ ਨੂੰ ਲੈ ਕੇ ਬੜੇ ਇਲੈਬਰੇਟ ਅਰੇਂਜਮੈਂਟਸ ਕੀਤੇ ਗਏ, ਅਸੀਂ ਮਲਟੀ ਲੇਅਰਡ ਸਿਕਿਉਰਿਟੀ ਅਰੇਂਜਮੈਂਟਸ ਕੀਤੇ ਹੈ। ਤਕਰੀਬਨ 3.5 ਤੋਂ 4 ਹਜ਼ਾਰ ਦੀ ਫੋਰਸ, ਡਿਫਰੈਂਟ ਤਰ੍ਹਾਂ ਦੇ ਯੂਨਿਟਸ ਇੰਕਲੂਡਿੰਗ ਪੈਰਾਮਿਲਟਰੀ ਫੋਰਸਿਸ ਡਿਪਲੋਇਡ ਹੋਣਗੀਆਂ ਸਾਰੇ ਪਾਸੇ ਅਤੇ ਸਾਰਾ ਸਿਟੀ ਵੈਲ ਕਵਰਡ ਹੋਏਗਾ। ਸਾਰੇ ਅਰੇਂਜਮੈਂਟਸ ਹੈ, ਖਾਲਸਾ ਦਲ ਜਿਹੜਾ ਮਾਰਚ ਹੈ ਉਹ ਅੱਜ ਹੈਗਾ, ਸੋ ਅੱਜ ਸ਼ਾਮ ਨੂੰ ਉਹਦੇ ਲਈ ਪੂਰੇ ਅਰੇਂਜਮੈਂਟਸ ਕੀਤੇ ਗਏ ਹੈਗੇ ਅਤੇ ਨਾਲ ਹੋਰ ਵੀ ਸਾਰੇ ਅਰੇਂਜਮੈਂਟਸ ਹੈ। ਈਦ ਦੇ ਬੰਦ ਕਾਲ ਕੀਤੀ ਗਈ ਹੈਗੀ, ਸੋ ਉਹਦੇ 'ਚ ਨੋਰਮਲੀ ਵਾਲੰਟਰੀ ਜਿਹੜਾ ਪਾਰਟੀਸਪੇਸ਼ਨ ਹੁੰਦੀ ਹੈ ਉਹ ਹੋਏਗੀ। ਸਾਡੇ ਵੱਲੋਂ ਕੋਈ ਅਗਰ ਕੋਈ ਜ਼ਬਰਦਸਤੀ ਕਰੇਗਾ ਜਾਂ ਕਾਨੂੰਨ ਨੂੰ ਆਪਣੇ ਹੱਥ 'ਚ ਲਏਗਾ ਤਾਂ ਉਹਨੂੰ ਅਸੀਂ ਕੰਟਰੋਲ ਕਰਾਂਗੇ। ਸੀਸੀਟੀਵੀ ਕਵਰੇਜ ਐਂਡ ਕੈਮਰਾ ਵੀਡੀਓ ਕਵਰੇਜ ਹੈਗੀ ਹੈ ਸਾਰੇ ਪਾਸੇ ਜਿਹੜੇ ਇੰਪੋਰਟੈਂਟ ਏਰੀਆਜ਼ ਵਾਲੇ, ਉਹਨਾਂ ਨੂੰ ਅਸੀਂ ਜ਼ਰੂਰ ਨੱਥ ਪਾਵਾਂਗੇ ਐਂਡ ਐਕਸ਼ਨ ਲਵਾਂਗੇ। ਥੈਂਕ ਯੂ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਰ ਫੇਸਬੁੱਕ ਪੇਜ।